ਕੀ ਤੁਹਾਡੀ ਕਮਾਈ ਦਾ ਸਾਧਨ ਹੈ ਕਾ ਕੋਈ ਕਮਾਈ ਨਹੀਂ ਕੁਛ ਨਹੀਂ ਇਹ ਕਰਨ ਵਾਲਾ ਸੀ ਮਰ ਗਿਆ ਭਾਈ ਔਰ ਇੱਕ ਹੀ ਹੈ ਪਿਆ ਮੇਰੇ ਕੋਲ ਦਿੱਤਾ ਪਰ ਕੇਸ ਨਹੀਂ ਹੈ ਨਾ ਖਾਣ ਨੂੰ ਨਾ ਪੀਣ ਨੂੰ ਮੰਗ ਮੰਗ ਕੇ ਮੈਂ ਘਰਾਂ ਚ ਲਿਆ ਕੇ ਖਾਣ ਮੈਂ ਤੁਸੀਂ ਅਜੇ ਇੱਥੇ ਪਹੁੰਚੇ ਹੋ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਪਰਿਵਾਰ ਬਾਰੇ ਮੈਂ ਨਾ ਇੱਕ ਨਿਊਜ਼ ਚੈਨਲ ਦੇਖਿਆ ਸੀਗਾ ਉਹਦੇ ਵਿੱਚ ਜੋ ਮਾਤਾ ਜੀ ਨੇ ਉਹਨਾਂ ਦੀ ਵੀਡੀਓ ਦੇਖੀ ਸੀਗੀ ਉਹ 'ਚ ਦਿਖਾਇਆ ਸੀਗਾ ਕਿ ਮਾਤਾ ਜੀ ਨੇ ਜਿਹੜੇ ਉਹ ਆਪਣੇ ਬੇਟੇ ਨਾਲ ਰਹਿ ਰਹੇ ਨੇ ਅਤੇ ਜਿਹੜਾ ਇਹਨਾਂ ਦਾ ਬੇਟਾ ਹੈਗਾ ਉਹ ਅਪਾਹਿਜ ਹੈ ਉਹਦੇ ਕਾਰਨ ਮੰਜੇ 'ਤੇ ਪਿਆ ਅਤੇ ਇਹਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਪੰਜਾਬ ਟੂਡੇ ਚੈਨਲ ਦੀ ਖਬਰ ਦਾ ਇੱਕ ਵਾਰ ਫਿਰ ਤੋਂ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਅਸੀਂ ਸੰਗਰੂਰ ਦੇ ਪਿੰਡ ਮਕਰੋੜ ਦੇ ਇੱਕ ਬਜ਼ੁਰਗ ਮਾਤਾ ਦੀ ਕਹਾਣੀ ਨੂੰ ਦਿਖਾਇਆ ਸੀ ਅਤੇ ਨਾਲ ਹੀ ਗਰੀਬ ਪਰਿਵਾਰ ਦੀ ਮਦਦ ਦੀ ਅਪੀਲ ਵੀ ਕੀਤੀ ਸੀ ਜਿਸ ਨੂੰ ਦੇਖਣ ਤੋਂ ਬਾਅਦ ਸੰਗਰੂਰ ਦੇ ਛਾਜਰੀ ਥਾਣੇ ਵਿੱਚ ਤੈਨਾਤ ਇੱਕ ਮਹਿਲਾ ਪੁਲਿਸ ਕਰਮਚਾਰੀ ਹੁਣ ਇਸ ਬਜ਼ੁਰਗ ਮਾਤਾ ਦੀ ਮਦਦ ਲਈ ਪਹੁੰਚੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਹੈ ਕਿ ਉਸਨੇ ਚੈਨਲ 'ਤੇ ਖਬਰ ਦੇਖੀ ਸੀ ਜਿਸ ਤੋਂ ਬਾਅਦ ਅੱਜ ਉਹ ਇਸ ਬਜ਼ੁਰਗ ਮਾਤਾ ਦੀ ਮਦਦ ਕਰਨ ਲਈ ਇੱਥੇ ਪੁੱਜੀ ਹੈ ਉਸਨੇ ਦੱਸਿਆ ਹੈ ਕਿ ਉਹ 2 ਮਹੀਨੇ ਦਾ ਰਾਸ਼ਨ ਲੈ ਕੇ ਇਸ ਬਜ਼ੁਰਗ ਮਾਤਾ ਦੀ ਮਦਦ ਲਈ ਆਈ ਹੈ ਕਾਂਸਟੇਬਲ ਦਰਸ਼ਨ ਕੌਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੋੜਵੰਦਾਂ ਦੀ ਮਦਦ ਕਰਦੀ ਰਹੀ ਹੈ ਤੁਸੀਂ ਅਜੇ ਇੱਥੇ ਪਹੁੰਚੇ ਹੋ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਪਰਿਵਾਰ ਬਾਰੇ ਮੈਂ ਨਾ ਇੱਕ ਨਿਊਜ਼ ਚੈਨਲ ਦੇਖਿਆ ਸੀਗਾ ਉਹਦੇ ਵਿੱਚ ਜੋ ਮਾਤਾ ਜੀ ਨੇ ਉਹਨਾਂ ਦੀ ਵੀਡੀਓ ਦੇਖੀ ਸੀਗੀ ਉਹ 'ਚ ਦਿਖਾਇਆ ਸੀਗਾ ਕਿ ਮਾਤਾ ਜੀ ਨੇ ਜਿਹੜੇ ਉਹ ਆਪਣੇ ਬੇਟੇ ਨਾਲ ਰਹਿ ਰਹੇ ਨੇ ਅਤੇ ਜਿਹੜਾ ਇਹਨਾਂ ਦਾ ਬੇਟਾ ਹੈਗਾ ਉਹ ਅਪਾਹਿਜ ਹੈ ਉਹਦੇ ਕਾਰਨ ਮੰਜੇ 'ਤੇ ਪਿਆ ਅਤੇ ਇਹਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਮਾਤਾ ਗੁਰਦੁਆਰੇ 'ਚ ਰੋਟੀ ਖਾਂਦੀ ਹੈ ਜੀ ਜਾਂ ਫਿਰ ਪਿੰਡ 'ਚੋਂ ਰੋਟੀ ਲੈ ਕੇ ਆਉਂਦੇ ਆ ਅਤੇ ਜਿਵੇਂ ਅਸੀਂ ਪਹਿਲਾਂ ਵੀ ਰਾਸ਼ਨ ਦੀ ਸੇਵਾ ਕਰਦੇ ਰਹਿੰਦੇ ਹਾਂ ਜੀ ਇਸ ਲਈ ਅੱਜ ਅਸੀਂ ਇੱਥੇ ਰਾਸ਼ਨ ਦੀ ਸੇਵਾ ਕਰਨ ਪਹੁੰਚੇ ਹਾਂ ਕਿੰਨੇ ਟਾਈਮ ਤੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਲਗਾਤਾਰ ਰਾਸ਼ਨ ਤਕਰੀਬਨ ਹੋ ਗਏ 4-5 ਮਹੀਨੇ ਜੀ ਜਦੋਂ ਦਾ ਲੋਕਡਾਊਨ ਹੋਇਆ ਅਸੀਂ ਲੋਕਾਂ 'ਚ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਜੀ ਅਤੇ ਅੱਗੇ ਵੀ ਇਹਨਾਂ ਦਾ ਜੋ ਸਾਡੇ ਤੋਂ ਸਹਾਇਤਾ ਹੋਊਗੀ ਅਸੀਂ ਜ਼ਰੂਰ ਕਰਾਂਗੇ ਜਿੱਦਾਂ ਕੋਈ ਬੇਸਹਾਰਾ ਹੁੰਦਾ ਹੈ ਉਹਦੇ ਲਈ ਤੁਸੀਂ ਹੈਲਪ ਜ਼ਰੂਰ ਕਰਦੇ ਹੋ ਹਾਂਜੀ ਹਾਂਜੀ ਜ਼ਰੂਰ ਕਰਦੇ ਹਾਂ ਜਦੋਂ ਸਾਨੂੰ ਕਿਤੋਂ ਵੀ ਇਨਫੋਰਮੇਸ਼ਨ ਮਿਲਦੀ ਹੈ ਕਿ ਉੱਥੇ ਜ਼ਰੂਰਤ ਹੈ ਰਾਸ਼ਨ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸੀਂ ਜ਼ਰੂਰ ਉਧਰ ਪੀੜਤ ਮਾਤਾ ਨੇ ਦਰਸ਼ਨ ਕੌਰ ਦਾ ਜਿੱਥੇ ਧੰਨਵਾਦ ਕੀਤਾ ਹੈ ਉੱਥੇ ਨਾਲ ਹੀ 2 ਮਹੀਨੇ ਦਾ ਰਾਸ਼ਨ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ ਰਾਸ਼ਨ ਦੇਣ ਲਈ ਆਏ ਨੇ ਕਿਵੇਂ ਦੇਖਦੇ ਸੋ ਰਾਸ਼ਨ ਪਾਣੀ ਦੇਣ ਆਏ ਨੇ ਸਾਨੂੰ ਕਿਵੇਂ ਦੇਖਦੇ ਨੇ ਕਿੰਨੇ ਟਾਈਮ ਦਾ ਰਾਸ਼ਨ ਦੇ ਕੇ ਚੱਲੇ ਨੇ ਦੋਨੋਂ ਜੀ ਹੋ ਜੂਗਾ ਮਹੀਨਾ ਹੋ ਜੂ 20 ਦਿਨ ਹੋ ਜਾਣਗੇ ਕਿੰਨਾ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਜਦੋਂ ਰਾਸ਼ਨ ਦਿੱਤਾ ਬਸ ਕਰੀ ਜੰਨੇ ਟਾਈਮ ਪਾਸ ਥੋੜਾ ਥੋੜਾ ਵਰਤ ਲੈਣੀ ਤਾਂ ਦੱਸ ਦਈਏ ਕਿ ਸੰਗਰੂਰ ਦੇ ਪਿੰਡ ਮਕਰੋੜ ਦੇ ਵਿੱਚ ਇਹ ਬਜ਼ੁਰਗ ਮਾਤਾ ਇਕੱਲੀ ਰਹਿੰਦੀ ਹੈ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਇਕਲੌਤਾ ਪੁੱਤਰ ਐਕਸੀਡੈਂਟ ਦਾ ਸ਼ਿਕਾਰ ਹੋ ਕੇ ਪਿਛਲੇ ਕਈ ਸਾਲਾਂ ਤੋਂ ਬਿਮਾਰ ਹੈ ਜਿਸ ਕਰਕੇ ਬਜ਼ੁਰਗ ਮਾਤਾ ਗੁਰਦੁਆਰੇ ਜਾਂ ਪਿੰਡ ਦੇ ਲੋਕਾਂ ਕੋਲੋਂ ਮੰਗ ਕੇ ਹੀ ਆਪਣਾ ਰੋਜ਼ ਦਾ ਗੁਜ਼ਾਰਾ ਚਲਾ ਰਹੀ ਹੈ ਲੋੜ ਹੈ ਇਸ ਬਜ਼ੁਰਗ ਮਾਤਾ ਦੀ ਅਜੇ ਹੋਰ ਵੀ ਮਦਦ ਕਰਨ ਦੀ ਸੰਗਰੂਰ ਤੋਂ ਕੁਲਵੀਰ ਨਮੋਲ ਦੀ ਰਿਪੋਰਟ ਪੰਜਾਬ ਟੂਡੇ